ਸਾਡੇ ਸਿੱਖ ਸੰਤਾਂ ਦੀ ਕੁਰਬਾਨੀ ਹੈ। ਇਹ ਗਾਂਧੀ ਦੇ ਚਰਖੇ ਨੇ ਹਿੰਦੁਸਤਾਨ ਆਜ਼ਾਦ ਨਹੀਂ ਕਰਾਇਆ। ਪੋਲੀਟੀਕਲ ਲੋਕ ਇਹ ਗੱਲ ਦਾ ਪ੍ਰਚਾਰ ਕਰੀ ਜਾਂਦੇ ਆ ਦੇਸ਼ ਦਾ, ਆਖੇ ਬਾਪੂ ਗਾਂਧੀ ਹੈ। ਕੋਈ ਗਾਂਧੀ ਗੁੰਧੀ ਬਾਪੂ ਨਹੀਂ। 1857 ਵਿੱਚ ਹਿੰਦੁਸਤਾਨ ਦੇ ਅੰਗਰੇਜ਼ ਸਾਮਰਾਜ ਦੇ ਖਿਲਾਫ ਆਜ਼ਾਦੀ ਦਾ ਬਿਗਲ ਕਿਹਨੇ ਵਜਾਇਆ? ਸਾਡੇ ਸਿੱਖ ਸੰਤਾਂ ਨੇ, ਸਾਡੇ ਗਦਰੀ ਬਾਬਿਆਂ ਨੇ, ਸਾਡੇ ਮਹਾਂਪੁਰਖਾਂ ਨੇ। ਸੋ ਇਸ ਕਰਕੇ ਸਾਧ ਸਿੰਘ ਜੀ ਉਹਨਾਂ ਨੇ ਇਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ, ਸਿੱਖ ਕੌਮ ਨੇ 1% ਨਹੀਂ, 2% ਨਹੀਂ, 80% ਤੋਂ ਉੱਤੇ ਤੁਹਾਡੀਆਂ ਕੁਰਬਾਨੀਆਂ, ਉਹਨਾਂ ਕੁਰਬਾਨੀਆਂ ਕਰਨ ਵਾਲਿਆਂ ਵਿੱਚੋਂ ਕੁਰਬਾਨੀ ਵਾਲੇ ਜੁੜੇ ਸਨ ਬਾਬਾ ਸੂਬਾ ਸਿੰਘ ਜੀ, ਜਿਨ੍ਹਾਂ ਨੇ ਜਾ ਕੇ ਹਿੰਦੁਸਤਾਨ ਦੇ ਵਿੱਚੋਂ ਅੰਗਰੇਜ਼ਾਂ ਨੂੰ ਇਸ ਮੁਲਕ ਵਿੱਚੋਂ ਬਾਹਰ ਕੱਢ ਕੇ ਆਜ਼ਾਦ ਕਰਵਾਇਆ।